ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਲੈ ਵੀ ਆਪਾਂ ਸਾਰੇ ਕਿਤਾਬਾਂ ਪੜ੍ਹਦੇ ਰਹਾਂ ਔਰ ਕਿਤਾਬਾਂ ਕੀਆਂ ਬਾਤਾਂ ਚੱਲਦੀਆਂ ਰਹਾਂ, ਪਰ ਬਹੁਤ ਘੱਟ ਕਿਤਾਬਾਂ ਜਿਨ੍ਹਾਂ ਦਾ ਜਿਹੜਾ ਅਸਰ ਬੜਾ ਸਦੀਵੀ ਹੋਆ, ਬਹੁਤ ਲੰਮੇ ਸਮੇਂ ਤੱਕ ਉਹਨਾਂ ਕੀ ਜਿਹੜਾ ਹੈਗਾ ਬੰਦੇ ਦੇ ਚੇਤਿਆਂ ਦੇ ਵਿੱਚ ਯਾਦ ਰਹਿੰਦਾ। ਵੈਸੀਆਂ ਕਿਤਾਬਾਂ ਦੇ ਵਿੱਚ ਇੱਕ ਕਿਤਾਬ ਪਹਿਲਾਂ ਆਈ ਤੀ ਬਾਬੇ ਜਗਦੀਪ ਸਿੰਘ ਕੀ ਹੰਨੇ ਹੰਨੇ ਪਾਤਸ਼ਾਹੀ। ਸੋ ਜੋ ਕਿਤਾਬ ਤੀ ਇਸਕੇ ਵਿੱਚ 17ਵੀਂ ਸਦੀ ਕੇ ਉਹਨਾਂ ਮਹਾਨ ਸੂਰਿਆਂ ਦੀਆਂ ਬਾਤਾਂ ਤੀਆਂ, ਜਿਨ੍ਹਾਂ ਕੇ ਬਾਰੇ ਮੈਂ ਅਰਦਾਸ ਕੇ ਵਿੱਚ ਹਮੇਸ਼ਾ ਜ਼ਿਕਰ ਆਵਾ ਕਿ ਚਰਖੜੀਆਂ 'ਤੇ ਚੜ੍ਹੇ ਆ ਰਹੇ ਨਾਲ ਚੜਾਏ ਗਏ ਪਰ ਧਰਮ ਨਹੀਂ ਹਾਰਿਆ। ਸੋ ਉਹਨਾਂ ਮਹਾਨ ਸੂਰਿਆਂ ਦੀ ਬਾਤਾਂ ਸਭ ਤੋਂ ਬੜੀ ਬਾਤ ਹੈ ਇਸਕੇ ਵਿੱਚ ਜਿਹੜਾ ਹੈਗਾ ਨਾ ਆਪਣਾ ਇਤਿਹਾਸ, ਖਾਸ ਕਰਕੇ ਅੱਜ ਕੀ ਜਿਹੜੀ ਸਕੂਲਾਂ ਵਾਲੀ ਪੜ੍ਹਾਈ ਜਿਸਨੇ ਸਾਰਾ ਕੁਛ ਤਬਾਹ ਕਰਿਆ, ਉਸ 'ਤੇ ਪਹਿਲਾਂ ਕਥਾ ਕਹਾਣੀਆਂ ਸਾਖੀਆਂ ਦੇ ਰੂਪ ਮਾਂ ਘਰਾਂ ਦੇ ਵਿੱਚ ਮਾਵਾਂ ਸੁਣਾਏ ਕਰੇ ਤੀਆਂ, ਪਰ ਉਹ ਜਿਹੜੀ ਨਵੀਂ ਸਿੱਖਿਆ ਤੀ ਉਹ ਜਿਹੜਾ ਮਾਰੇ ਪਰ ਹਮਲਾ ਤਾ ਉਸਨੇ ਸਭ ਕੁਛ ਖਤਮ ਕਰਤਿਆ। ਪਰ ਇਸ ਕਿਤਾਬ ਦੇ ਵਿੱਚ ਬਾਈ ਜਗਦੀਪ ਸਿੰਘ ਉਹਨਾਂ ਨੇ ਜਿਹੜਾ ਹੈ ਨਾ ਉਹ ਸਾਖੀਆਂ ਦੇ ਰੂਪ ਮਾਂ ਇਤਿਹਾਸ ਸੁਣਾਇਆ। ਬਹੁਤ ਹੀ ਕਮਾਲ ਹੈ, ਲੂੰ ਕੰਡੇ ਖੜ੍ਹੇ ਕਰਦੇ ਆ ਵੀ ਉਹ ਕੱਢੇ ਯੋਧੇ ਦੇ। ਇਸੀ ਲੜੀ ਦੇ ਵਿੱਚ ਦੂਸਰੀ ਕਿਤਾਬ ਆਈ ਬਾਈ ਕੀ ਵੇਲਿਓ ਨਿਕਲਦੇ ਸ਼ੇਰ। ਬਸ ਮਤਲਬ ਇਹ ਬੰਦਾ ਜਦੋਂ ਪੜ੍ਹਾ ਔਰ ਉਹ ਸਾਖੀਆਂ ਦੇ ਰੂਪ ਮਾਂ ਪੜ੍ਹਾ, ਉਹ ਬਾਤਾਂ ਜਦ ਉਸਦੇ ਦਿਮਾਗ ਮੰਨ ਲੈਣਾ ਵੀ ਉਹ ਇਹੋ ਜਿਹੇ ਸੂਰੇ ਦੇ ਬਾਬੇ ਸ਼ਾਮ ਸਿੰਘ ਵਰਗੇ, ਬਾਬੇ ਜਸੇ ਸਿੰਘ ਵਰਗੇ, ਬਾਬਾ ਤਾਰਾ ਸਿੰਘ ਬਾਂ ਵਰਗੇ ਬਹੁਤ ਇੰਨੇ ਅਨੇਕਾਂ ਯੋਧੇ ਜਿਨ੍ਹਾਂ ਬਹੁਤਿਆਂ ਦੇ ਸ਼ਾਇਦ ਮੈਨੂੰ ਨਾਂ ਵੀ ਯਾਦ ਨਹੀਂ ਹੋਣੇ, ਜਿਨ੍ਹਾਂ ਕਿਤਾਬਾਂ ਦੇ ਵਿੱਚ ਉਹਨਾਂ ਮਹਾਨ ਸੂਰਿਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਦੁਨੀਆਂ ਦੀ ਸਭ ਤੋਂ ਬੜੀਆਂ ਸਲਤਨਤਾਂ ਕੀਆਂ, ਗੋਡਣੀਆਂ ਲਵਾਈਆਂ। ਸੋ ਉਹਨੇ ਕਿਤਾਬਾਂ ਜ਼ਰੂਰ ਪੜ੍ਹਿਓ। ਜਿਹੜੀ ਪਹਿਲਾਂ ਆਈ ਹੰਨੇ ਨੇ ਪਾਤਸ਼ਾਹੀ ਹੈ ਜੋ ਵੇਲੇ ਨਿਕਲਦੇ ਸ਼ੇਰ, ਘਰਾਂ ਲੈ ਕੇ ਜਾਓ, ਕਿਉਂਕਿ ਨੇ ਕਿਤਾਬਾਂ ਸਦੀਵੀ ਜਿਹੜਾ ਮਾਰਾ ਇਤਿਹਾਸ ਹੈ ਉਸਨੂੰ ਉਸਦੀਆਂ ਬਾਤਾਂ ਪਾਵਾਂ ਸਾਖੀਆਂ ਜ਼ਰੂਰ ਨੇ। ਔਰ ਬਹੁਤ ਹੀ ਦਿਲਚਸਪ ਤਰੀਕੇ ਗੱਲ ਬਾਈ ਜਗਦੀਪ ਸਿੰਘ ਨੇ ਪੇਸ਼ ਕਰਿਆ, ਬੜਾ ਕਮਾਲ ਹੈ। ਸੋ ਇਹ ਕਿਤਾਬਾਂ ਸ਼ਾਹ ਮੁਹੰਮਦ ਭਾਈ ਇਹ ਕਿਤਾਬ ਕਰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਉਸ 'ਤੇ ਲੇ ਸਕਾ ਥਵੇਂ ਅਤੇ ਲਿਖਿਆ ਵਾ ਕਿ ਧੌਂਸਾ ਵੱਜਿਆ ਕੂਚਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਕਲੇਰਮੀਆਂ, ਚੜ੍ਹੇ ਪੁੱਤ ਸਰਦਾਰਾਂ ਦੇ ਸ਼ੈਲ ਬੰਕੇ, ਜੈਸੇ ਬੇਲੇ ਨਿਕਲਦੇ ਸ਼ੇਰ। ਵੈਸੇ ਅਮਨਜੀਤ ਇਹ ਕਿਤਾਬ ਜਿੱਥੋਂ ਹੀ ਮਿਲਦੀ ਹੈ ਉੱਥੋਂ ਹੀ ਲੈ ਲਈ ਬੰਦਾ। ਹਾਂ ਮੈਂ ਕਹਿਣਾ ਭਾਵ ਜਿਹੜੇ ਪਟਿਆਲਾ ਪੰਜਾਬੀ ਯੂਨੀਵਰਸਿਟੀ ਕਿਤੇ ਵੀ ਲੈ ਲਓ, ਵਧੀਆ ਚੀਜ਼ ਹੈ। ਕਿਉਂਕਿ ਮੈਂ ਜਿਹੜਾ ਸਭ ਤੋਂ ਬੜਾ ਮੁੱਦਾ ਨਾ ਉਹੀ ਜਿਹੜਾ ਸਿੱਖਿਆ ਹੈ, ਜਿਹੜੇ ਅੱਜ ਕੇ ਸਕੂਲ ਕਾਲਜ ਯੂਨੀਵਰਸਿਟੀਆਂ ਇਹ ਮਾਰੇ ਇਤਿਹਾਸ ਪਰ ਮਤਲਬ ਕਿ ਇਹਨਾਂ ਨੇ ਇੱਕ ਤਰ੍ਹਾਂ ਦਾ ਜਿਹੜਾ ਰੋਡ ਕੁੱਟਣਾ ਕਹਾ ਨੇ, ਸੜਕਾਂ ਪਰ ਰੋਡ ਕੁੱਟਣਾ ਚਲਾ ਰਹੇ ਨੇ, ਬਿਲਕੁਲ ਇਤਿਹਾਸ ਨੂੰ ਮਲੀਆ ਮੇਟ ਕਰਿਆ ਇਹਨਾਂ ਨੇ ਕਿਤਾਬਾਂ ਜਿਹੜੀਆਂ, ਸਭ ਜਿਹੜਾ ਹੈਗਾ ਤੁਹਾਨੂੰ ਆਪਣੀ ਪਛਾਣ ਗੁਆਉਣੇ ਵਾਸਤੇ ਪੜ੍ਹਾਈਆਂ ਜਾ ਰਹੀਆਂ, ਤੁਹਾਨੂੰ ਆਪਣੀ ਪਛਾਣ ਭੁੱਲ ਗਿਆ, ਪਰ ਇਹ ਮੈਨੂੰ ਦੱਸਾਂ ਵੀ ਮਾਰੀ ਪਛਾਣ ਕਿਆ ਚੀਜ਼ ਆ। ਮੈਂ ਸਹੀ ਹੈ, ਸਾਰਿਆਂ ਨੂੰ ਬੇਨਤੀ ਹੈ ਪੜ੍ਹੋ, ਆਪਣੇ ਨਿਆਣਿਆਂ ਨੂੰ ਪੜ੍ਹਾਓ ਆ। ਸਾਖੀਆਂ ਗੁਰੂ ਮਾਂ ਜਿਸ ਤਰ੍ਹਾਂ ਸੁਣਾਇਆ ਉਸੇ ਤਰ੍ਹਾਂ ਮੈਂ ਕਹਾਂ ਸੁਣਾਇਆ ਜਾਵੇ ਤੇ ਹੋਰ ਵੀ ਜ਼ਿਆਦਾ ਫਿਰ ਨਾ ਇਸ ਕਾ ਜਿਹੜਾ ਦਿਲਚਸਪ ਹੋਏਗਾ। ਇਹਦੇ ਭਾਗ ਬਣੇ ਪਏ, ਜੇ ਬੰਦਾ ਇਹਦਾ ਪਹਿਲਾਂ ਦੋ ਪੰਨੇ ਪੜ੍ਹ ਦੇ ਨਾ ਸਾਰਾ ਤੇ ਬੰਦਾ ਫਿਰ ਨਾਲ ਹੀ ਜੁੜ ਜਾਂਦਾ। ਇਹ ਮੈਂ ਪੜ੍ਹ ਰਿਹਾ ਹਾਂ ਬਾਈ ਨੇ ਨਾ ਜਿਸ ਤਰ੍ਹਾਂ ਪੇਸ਼ਕਾਰੀ ਜਿਹੜੀ ਇਤਿਹਾਸ ਕੀ, ਕਿਉਂਕਿ ਆਪਾਂ ਇਤਿਹਾਸ ਪੜ੍ਹਾ ਨਾ ਉਹ ਕਈ ਵਾਰ ਬੰਦਾ ਨਾ ਤੱਥ ਪੜ੍ਹਦਾ ਪੜ੍ਹਦਾ ਨਾ ਅੱਕ ਜਾ, ਇੰਨੀ ਤਰੀਕ ਨੂੰ ਫਲਾਣਾ ਜੰਮਿਆ, ਇੰਨੀ ਤਰੀਕ ਨੂੰ ਲੜਾਈ ਹੋਈ, ਇਸ ਮੈਂ ਤਾਂ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਬੰਦਾ ਉਸ ਕਹਾਣੀ ਦੇ ਵਿੱਚ ਆਪ ਪਾਤਰ ਹੈ ਜਿਹੜੀ ਉਹ ਸੁਣ ਰਿਹਾ, ਜਿਹੜੀ ਉਸਨੂੰ ਸੁਣਾਈ ਜਾ ਰਹੀ, ਉਸਕੇ ਅੰਦਰ ਚਲੇ ਜਾ ਨਾਲ ਨਾਲ ਤੁਰਦਾ। ਹਾਂ, ਸੋ ਇਹ ਸਭ ਤੋਂ ਬੜੀ ਖਾਸੀਅਤ ਹੈ ਵੀ ਇਤਿਹਾਸ ਨੂੰ ਜਿਉਂਦਾ ਕਰਿਆ ਗਿਆ ਇੱਕ ਤਰ੍ਹਾਂ ਨਾਲ ਕਿਤਾਬ ਇਸਕੇ ਸਾਖੀ ਗੁਰੂ ਮਾਂ। ਸੋ ਸਾਰਿਆਂ ਦਾ ਬਹੁਤ ਧੰਨਵਾਦ, ਤੁਹਾਨੂੰ ਕਿਤਾਬਾਂ ਜ਼ਰੂਰ ਕਿਤੇ ਦੇ ਮਿਲੇ। ਪਹਿਲਾਂ ਹੰਨੇ ਨੇ ਪਾਤਸ਼ਾਹੀ ਮੇਰੇ ਕੋਲ ਬਹੁਤ ਸਾਰਿਆਂ ਨੇ ਪੜ੍ਹੀ ਹੈ, ਬਿਲਕੁਲ, ਅਤੇ ਵੇਲੇ ਨਿਕਲਦੇ ਸ਼ੇਰ ਮਾਰੇ ਮਹਾਨ ਬਾਬਿਆਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਦੁਨੀਆਂ 'ਚ ਕਿਸੇ ਵੀ ਤਾਕਤ ਦੇ ਮੂਹਰੇ ਨਹੀਂ ਮੰਨੀ। ਬਸ ਸਹੀ ਆ, ਸਤਿ ਸ਼੍ਰੀ ਅਕਾਲ। ਦੂਜੀ ਬੇਨਤੀ ਇਹ ਆ ਵੀ ਇਹ ਕਿਤਾਬ ਜਦੋਂ ਪੜ੍ਹਦੇ ਹੋ ਤਾਂ ਉਹਦਾ ਤੁਸੀਂ ਉਹਦੇ ਉੱਤੇ ਚਾਨਣਾ ਪਾਇਆ ਕਰੋ। ਚਾਨਣਾ ਮਤਲਬ ਜੇ ਰਿਵਿਊ ਨੂੰ ਅਸੀਂ ਚਾਨਣਾ ਕਹਿੰਦੇ ਹਾਂ, ਉਹਦਾ ਚਾਨਣਾ ਪਾ ਦਿਆ ਕਰੋ। ਸੋਸ਼ਲ ਮੀਡੀਆ 'ਤੇ ਜਿੱਥੇ ਵੀ ਤੁਹਾਨੂੰ ਲੱਗਦਾ ਉੱਥੇ ਦੀ ਤਸਵੀਰ ਪਾਇਆ ਕਰੋ ਤਾਂ ਕਿ ਵੱਧ ਤੋਂ ਵੱਧ ਲੋਕ ਪੜ੍ਹ ਸਕਣ, ਲੋਕਾਂ ਕੋਲ ਜਾਵੇ। ਜਿਵੇਂ ਆਪਾਂ ਗਾਣੇ ਸ਼ੇਅਰ ਕਰਦੇ ਹਾਂ, ਦੂਜੀਆਂ ਵੀਡੀਓ ਸ਼ੇਅਰ ਕਰਦੇ ਹਾਂ, ਹੈ ਨਾ, ਉਵੇਂ। ਸੋ ਮਨਜੀਤ ਬਾਈ ਦਾ ਬਹੁਤ ਬਹੁਤ ਧੰਨਵਾਦ ਅਤੇ ਜੀ ਆਇਆਂ ਨੂੰ ਬਾਈ ਸਤਿ ਸ਼੍ਰੀ ਅਕਾਲ। ਧੰਨਵਾਦ ਵਾਲਾ ਕੋਈ ਮੁੱਦਾ ਨਹੀਂ, ਮੈਂ ਕਹਿੰਦਾ ਚੰਗੀਆਂ ਕਿਤਾਬਾਂ ਜਿਹੜੀਆਂ ਉਹਨਾਂ ਦੀ ਘਾਟ ਬਹੁਤ ਹੈ ਅਤੇ ਉਹ ਲੇਖ ਜੇ ਮੇਰੇ ਵਰਗੇ ਇਕੱਠੇ ਹੋ ਰੀਵਨ ਜਾਂ ਕੱਟਦੇ ਫਿਰੀ। ਆਪਾਂ ਨੂੰ ਪਹਿਲਾਂ ਉਹੀ ਪੜ੍ਹਾਈ ਗਏ ਵੀ ਇੰਦਰਾ ਦੂਜਾ ਜਵਾਹਰ ਲਾਲ ਨਹਿਰੂ ਸਕੂਲ 'ਚ ਆਇਆ ਸੀ, ਉਹਨੇ ਗੁਲਾਬ ਦਾ ਫੁੱਲ ਉਹਦੇ ਟੰਗਿਆ ਸੀ। ਆਪਣਾ ਰੋਜ਼ ਨਾ ਕਿਤਾਬਾਂ ਦੇ ਰੀਵਨ ਜੇ ਕੱਟੀਆਂ ਉੱਤੇ ਭੋਗ ਕੇ ਕਾਰਡ ਵਰਗਾ ਮੂੰਹ ਲੈ ਗਿਆ, ਮਕਾਨਾਂ ਜੀ ਵਰਗੇ ਲੇਖ ਬੈਠੇ ਨਾ, ਮੇਰੇ ਵਰਗਾ ਬੋਲੀ ਜਾ, ਮੇਰੇ ਵਰਗੇ ਦੀਆਂ ਸਿਫਤਾਂ ਆਪੇ ਕਰਾਈ ਜਾਂ ਆਪੇ ਸਾਰਾ ਕੁਛ ਆਪਣੇ ਆਪ ਆਪਣਾ ਸਿਰ ਗੁੰਦਰੇ। ਬਿਲਕੁਲ, ਪਰ ਇਹ ਕਿਤਾਬਾਂ ਰੂਹ ਵਾਲੀਆਂ ਬਾਤਾਂ ਆਪਣੇ ਨਿਆਣੇ ਨੂੰ ਸੁਣਾਇਓ, ਆਪ ਪੜ੍ਹਿਓ, ਕਮਾਲ ਹੈ। ਚੜ੍ਹਦੀ ਕਲਾ।